ਲਗਾਤਾਰ ਪੈ ਰਹੀ ਭਾਰੀ ਬਰਸਾਤ ਦੇ ਕਾਰਨ ਜਿੱਥੇ ਨਦੀਆਂ ਨਾਲੇ ਉਫਾਨ ਦੇ ਉੱਤੇ ਨੇ ਉੱਥੇ ਹੀ ਹੁਣ ਡੈਮ ਵੀ ਭਰਨੇ ਸ਼ੁਰੂ ਹੋ ਗਏ ਨੇ। ਤਾਂ ਦੱਸ ਦਈਏ ਕਿ ਝੀਲਾਂ ਵੀ ਲਗਾਤਾਰ ਉਫਾਨ ਦੇ ਉੱਤੇ ਨੇ ਅਤੇ ਪਾਣੀ ਓਵਰਫਲੋ ਹੋ ਕੇ ਹੁਣ ਬਾਹਰ ਨੂੰ ਜਾਂਦਾ ਦਿਖਾਈ ਦੇ ਰਿਹਾ। ਦੱਸ ਦਈਏ ਕਿ ਇਸ ਇਲਾਕੇ ਦੇ ਵਿੱਚ ਲਗਾਤਾਰ ਕਈ ਦਿਨਾਂ ਤੋਂ ਭਾਰੀ ਬਰਸਾਤ ਹੋ ਰਹੀ ਹੈ। ਬਰਸਾਤ ਦੇ ਕਾਰਨ ਇਹ ਝੀਲ ਵੀ ਕਾਫੀ ਜ਼ਿਆਦਾ ਓਵਰਫਲੋ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਪ੍ਰਸ਼ਾਸਨ ਦੇ ਵੱਲੋਂ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਦੱਸ ਦਈਏ ਕਿ ਲੋਕਾਂ ਨੂੰ ਇਸ ਝੀਲ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ। ਤਾਂ ਇਹ ਤਸਵੀਰਾਂ ਮੁੰਬਈ ਤੋਂ ਸਾਹਮਣੇ ਆਈਆਂ ਨੇ ਜਿੱਥੇ ਲਗਾਤਾਰ ਬਾਰਿਸ਼ ਦੇ ਵੱਲੋਂ ਕਹਿਰ ਮਚਾਇਆ ਹੋਇਆ ਹੈ। ਰਿਹਾਇਸ਼ੀ ਇਲਾਕਿਆਂ ਦੇ ਵਿੱਚ ਪਾਣੀ ਵੜਿਆ, ਲੋਕਾਂ ਦੇ ਘਰ ਜੋ ਨੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ। NDRF ਦੀ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਅਤੇ ਇਸੇ ਦੌਰਾਨ ਇਹ ਤੁਲਸੀ ਝੀਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਲਗਾਤਾਰ ਓਵਰਫਲੋ ਹੋ ਕੇ ਪਾਣੀ ਬਾਹਰ ਡਿੱਗ ਰਿਹਾ, ਜਿਸ ਦੇ ਕਾਰਨ ਜੋ ਇਸਦੀ ਸਹਾਇਕ ਨਦੀਆਂ ਨੇ ਉਹ ਲਗਾਤਾਰ ਉਫਾਨ ਦੇ ਉੱਤੇ ਨੇ। ਦੱਸ ਦਈਏ ਕਿ ਇਸ ਝੀਲ ਦੇ ਵਿੱਚ ਪਾਣੀ ਦੀ ਸਮਰੱਥਾ ਜੋ ਹੈ ਉਹ 139 ਤੋਂ 40 ਮੀਟਰ ਦੇ ਕਰੀਬ ਦੱਸੀ ਜਾ ਰਹੀ ਹੈ, ਪਰ ਇਸ ਸਮੇਂ ਇਸ ਦੇ ਵਿੱਚ ਪਾਣੀ ਓਵਰਫਲੋ ਹੋ ਗਿਆ। ਹਾਲਾਂਕਿ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਤੁਲਸੀ ਝੀਲ ਇੰਨੀ ਓਵਰਫਲੋ ਹੋ ਕੇ ਵਗਦੀ ਹੋਵੇ। ਨਹੀਂ ਅਦਰਵਾਈਜ਼ ਜੇਕਰ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਕਈ ਲੋਕਾਂ ਦਾ ਕਹਿਣਾ ਕਿ ਕਦੇ ਵੀ ਇੰਨਾ ਪਾਣੀ ਮੁੰਬਈ ਦੇ ਵਿੱਚ ਨਹੀਂ ਆਇਆ ਜਿਸ ਦੇ ਕਾਰਨ ਇਹ ਝੀਲ ਓਵਰਫਲੋ ਹੋਵੇ। ਤਾਂ ਲਗਾਤਾਰ ਮੁੰਬਈ ਤੋਂ ਇਹ ਖਤਰਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਲਗਾਤਾਰ ਭਾਰੀ ਬਰਸਾਤ ਹੋ ਰਹੀ ਹੈ। ਮੌਸਮ ਵਿਭਾਗ ਦੇ ਵੱਲੋਂ ਕਈ ਦਿਨਾਂ ਦਾ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ। ਕਈ ਟ੍ਰੇਨਾਂ ਰੱਦ ਹੋਈਆਂ ਨੇ, ਫਲਾਈਟਾਂ ਜੋ ਨੇ ਉਸਦੇ ਵਿੱਚ ਡਿਲੇ ਹੋਈਆਂ ਨੇ, ਪਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਮੰਨੀਆਂ ਜਾ ਰਹੀਆਂ ਨੇ ਕਿਉਂਕਿ ਤੁਲਸੀ ਝੀਲ ਜੋ ਕਿ ਲਗਾਤਾਰ ਮੁੰਬਈ ਨੂੰ ਪਾਣੀ ਸਪਲਾਈ ਕਰਦੀ ਹੈ ਪਰ ਹੁਣ ਇਹ ਵੀ ਲਗਾਤਾਰ ਉਫਾਨ ਦੇ ਉੱਤੇ ਨਜ਼ਰ ਆ ਰਹੀ ਹੈ। ਤਾਂ 140 ਮੀਟਰ ਦੀ ਸਮਰੱਥਾ ਵਾਲੀ ਇਸਦੀ ਉਚਾਈ ਦੱਸੀ ਜਾ ਰਹੀ ਹੈ, ਪਰ ਹੁਣ ਉਹ ਵੀ ਲਗਾਤਾਰ ਓਵਰਫਲੋ ਹੋ ਕੇ ਵਗਦੀ ਨਜ਼ਰ ਆ ਰਹੀ ਹੈ, ਜਿਸ ਦੇ ਕਾਰਨ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਅਤੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੀ ਅਪੀਲ ਕੀਤੀ ਗਈ ਹੈ ਜੋ ਇਸ ਤੁਲਸੀ ਝੀਲ ਦੇ ਨਾਲ ਲੱਗਦੇ ਨੇ। ਲਗਾਤਾਰ ਪੈ ਰਹੀ ਭਾਰੀ ਬਰਸਾਤ ਦੇ ਕਾਰਨ ਜਿੱਥੇ ਨਦੀਆਂ ਨਾਲੇ ਉਫਾਨ ਦੇ ਉੱਤੇ ਨੇ ਉੱਥੇ ਹੀ ਹੁਣ ਡੈਮ ਵੀ ਭਰਨੇ ਸ਼ੁਰੂ ਹੋ ਗਏ ਨੇ। ਤਾਂ ਦੱਸ ਦਈਏ ਕਿ ਝੀਲਾਂ ਵੀ ਲਗਾਤਾਰ ਉਫਾਨ ਦੇ ਉੱਤੇ ਨੇ ਅਤੇ ਪਾਣੀ ਓਵਰਫਲੋ ਹੋ ਕੇ ਹੁਣ ਬਾਹਰ ਨੂੰ ਜਾਂਦਾ ਦਿਖਾਈ ਦੇ ਰਿਹਾ। ਦੱਸ ਦਈਏ ਕਿ ਇਸ ਇਲਾਕੇ ਦੇ ਵਿੱਚ ਲਗਾਤਾਰ ਕਈ ਦਿਨਾਂ ਤੋਂ ਭਾਰੀ ਬਰਸਾਤ ਹੋ ਰਹੀ ਹੈ। ਬਰਸਾਤ ਦੇ ਕਾਰਨ ਇਹ ਝੀਲ ਵੀ ਕਾਫੀ ਜ਼ਿਆਦਾ ਓਵਰਫਲੋ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਪ੍ਰਸ਼ਾਸਨ ਦੇ ਵੱਲੋਂ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਦੱਸ ਦਈਏ ਕਿ ਲੋਕਾਂ ਨੂੰ ਇਸ ਝੀਲ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ। ਤਾਂ ਇਹ ਤਸਵੀਰਾਂ ਮੁੰਬਈ ਤੋਂ ਸਾਹਮਣੇ ਆਈਆਂ ਨੇ ਜਿੱਥੇ ਲਗਾਤਾਰ ਬਾਰਿਸ਼ ਦੇ ਵੱਲੋਂ ਕਹਿਰ ਮਚਾਇਆ ਹੋਇਆ ਹੈ। ਰਿਹਾਇਸ਼ੀ ਇਲਾਕਿਆਂ ਦੇ ਵਿੱਚ ਪਾਣੀ ਵੜਿਆ, ਲੋਕਾਂ ਦੇ ਘਰ ਜੋ ਨੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ। NDRF ਦੀ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਅਤੇ ਇਸੇ ਦੌਰਾਨ ਇਹ ਤੁਲਸੀ ਝੀਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਲਗਾਤਾਰ ਓਵਰਫਲੋ ਹੋ ਕੇ ਪਾਣੀ ਬਾਹਰ ਡਿੱਗ ਰਿਹਾ ਹੈ, ਜਿਸ ਦੇ ਕਾਰਨ ਜੋ ਇਸਦੀ ਸਹਾਇਕ ਨਦੀਆਂ ਨੇ ਉਹ ਲਗਾਤਾਰ ਉਫਾਨ ਦੇ ਉੱਤੇ ਨੇ। ਦੱਸ ਦਈਏ ਕਿ ਇਸ ਝੀਲ ਦੇ ਵਿੱਚ ਪਾਣੀ ਦੀ ਸਮਰੱਥਾ ਜੋ ਹੈ ਉਹ 139 ਤੋਂ 40 ਮੀਟਰ ਦੇ ਕਰੀਬ ਦੱਸੀ ਜਾ ਰਹੀ ਹੈ, ਪਰ ਇਸ ਸਮੇਂ ਇਸ ਦੇ ਵਿੱਚ ਪਾਣੀ ਓਵਰਫਲੋ ਹੋ ਗਿਆ। ਹਾਲਾਂਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਤੁਲਸੀ ਝੀਲ ਇੰਨੀ ਓਵਰਫਲੋ ਹੋ ਕੇ ਵਗਦੀ ਹੋਵੇ। ਨਹੀਂ ਅਦਰਵਾਈਜ਼ ਜੇਕਰ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਕਈ ਲੋਕਾਂ ਦਾ ਕਹਿਣਾ ਕਿ ਕਦੇ ਵੀ ਇੰਨਾ ਪਾਣੀ ਮੁੰਬਈ ਦੇ ਵਿੱਚ ਨਹੀਂ ਆਇਆ ਜਿਸ ਦੇ ਕਾਰਨ ਇਹ ਝੀਲ ਓਵਰਫਲੋ ਹੋਵੇ। ਤਾਂ ਲਗਾਤਾਰ ਮੁੰਬਈ ਤੋਂ ਇਹ ਖਤਰਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਲਗਾਤਾਰ ਭਾਰੀ ਬਰਸਾਤ ਹੋ ਰਹੀ ਹੈ। ਮੌਸਮ ਵਿਭਾਗ ਦੇ ਵੱਲੋਂ ਕਈ ਦਿਨਾਂ ਦਾ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ। ਕਈ ਟ੍ਰੇਨਾਂ ਰੱਦ ਹੋਈਆਂ ਨੇ, ਫਲਾਈਟਾਂ ਜੋ ਨੇ ਉਸਦੇ ਵਿੱਚ ਡਿਲੇ ਹੋਈਆਂ ਨੇ, ਪਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਕਾਫੀ ਅਹਿਮ ਮੰਨੀਆਂ ਜਾ ਰਹੀਆਂ ਨੇ ਕਿਉਂਕਿ ਤੁਲਸੀ ਝੀਲ ਜੋ ਕਿ ਲਗਾਤਾਰ ਮੁੰਬਈ ਨੂੰ
ਪਾਣੀ ਸਪਲਾਈ ਕਰਦੀ ਹੈ, ਪਰ ਹੁਣ ਇਹ ਵੀ ਲਗਾਤਾਰ ਉਫਾਨ ਦੇ ਉੱਤੇ ਨਜ਼ਰ ਆ ਰਹੀ ਹੈ। ਤਾਂ 140 ਮੀਟਰ ਦੀ ਸਮਰੱਥਾ ਵਾਲੀ ਇਸਦੀ ਉਚਾਈ ਦੱਸੀ ਜਾ ਰਹੀ ਹੈ, ਪਰ ਹੁਣ ਉਹ ਵੀ ਲਗਾਤਾਰ ਓਵਰਫਲੋ ਹੋ ਕੇ ਵਗਦੀ ਨਜ਼ਰ ਆ ਰਹੀ ਹੈ, ਜਿਸ ਦੇ ਕਾਰਨ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਅਤੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੀ ਅਪੀਲ ਕੀਤੀ ਗਈ ਹੈ ਜੋ ਇਸ ਤੁਲਸੀ ਝੀਲ ਦੇ ਨਾਲ ਲੱਗਦੇ ਨੇ।